वाहेगुरु जी की फतेह। अज श्री गुरु ग्रंथ साहिब सत्कार कमेटी पंजाब ते तरना दल बाबा बकाला साहब तो जथेदार बाबा जोगिंदर सिंह जी इत्थे पहुंचे हाँ। SDM बटाले नूं एक मंग पत्र दिता गया है। ये मंग पत्र असीं हर साल की तरह देंदे हाँ, पर कारण यह बन गया कि हुण सरकार एक नवीं आई है। हुण वेखदे आ कि किन्ना कि यह एक्शन लैंदे ने पिछलियां सरकारां वेले ते यह जिन्ने भी इत्थों दे अधिकारी सन सुते रहे, क्योंकि कई नौजवान मेले ते आउंदे विआह पुरब ते आउंदे ने सलंसर ला के ट्रैक्टरां दे मोटरसाइकलां दे अते मोटरसाइकलां दे पटाके मराउणे, ट्रैक्टरां दे DJ ला के गाने गंदे ला के भंगड़े पाउणे, ये बर्दाश्त करन तों बाहर ही सी। पर इस वेले असीं प्रशासन नूं मंग पत्र देता कि जे प्रशासन ने यह चीज़ां ना रोकियां ते जिहड़ियां गुरु नानक नाम सिख जथेबंदियां पहुंचियां हन अपने तौर ते रोकणगियां, कोई भी किसी प्रकार का झगड़ा हुंदा है ते प्रशासन सिविल प्रशासन जिम्मेवार होगा। तो SSP साहब नूं इह इक दरखास्त देण लगे हां कि उन्हां दी जिहड़ी जिम्मेवारी बनती वह अपनी जिम्मेवारी निभाउण, क्योंकि यह गुरु नानक पातशाह का विआह पुरब है। इत्थे केवल धार्मिक जिहड़े आ ਉਹ ਜੋੜ ਮੇਲਾ ਹੈ, ਹਰ ਇੱਕ ਇਹ ਬਾਬੇ ਨਾਨਕ ਦੇ ਵਿਆਹ ਪੁਰਬ ਤੇ ਆ ਸਕਦਾ ਵਾ, ਪਰ ਅਸੀਂ ਇਹ ਜਿਹੜੀ ਮਰਜ਼ਾਦਾ ਹੈ ਮਰਜ਼ਾਦਾ ਨੂੰ ਭੰਗ ਨਹੀਂ ਕਰਨ ਦੇਵਾਂਗੇ। ਜਿਹੜੇ ਲੋਕ ਇੱਥੇ ਆਣ ਕੇ ਕੋਈ ਮਨਮਤ ਕਰਦਾ ਹੈ, ਭੰਗੜੇ ਪਾਉਂਦਾ ਹੈ, ਜਾਂ ਸ਼ਰਾਬ ਦੇ ਠੇਕੇ ਖੋਲਦਾ ਹਾਤੇ ਖੋਲਦਾ ਹੈ, ਸ਼ਰਾਬ ਜਿਹੜੀਆਂ ਆਂਡੇ ਵਾਲੀਆਂ ਦੁਕਾਨਾਂ ਬੀੜੀ ਸੀਟ ਵਾਲੀਆਂ ਦੁਕਾਨਾਂ ਖੋਲਦਾ ਹੈ, ਉਹ ਅਸੀਂ ਨਹੀਂ ਖੋਲਣ ਦੇਵਾਂਗੇ। ਜੇ ਪ੍ਰਸ਼ਾਸਨ ਖੁਦ ਆਪ ਬੰਦ ਕਰਵਾਉਂਦਾ ਤਾਂ ਇਹਨਾਂ ਦਾ ਧੰਨਵਾਦ ਕਰਾਂਗੇ, ਨਹੀਂ ਤਾਂ ਖਾਲਸਾ ਆਪਣੇ ਤੌਰ 'ਤੇ ਇਹ ਦੁਕਾਨਾਂ ਬੰਦ ਕਰਾਵੇਗਾ। ਕੋਈ ਵੀ ਕੋਈ ਇਸੇ ਪ੍ਰਕਾਰ ਦਾ ਝਗੜਾ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਅਤੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਇੱਥੇ ਪਹੁੰਚੇ ਹਾਂ। SDM ਬਟਾਲੇ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਇਹ ਮੰਗ ਪੱਤਰ ਅਸੀਂ ਹਰ ਸਾਲ ਦੀ ਤਰ੍ਹਾਂ ਦਿੰਦੇ ਹਾਂ, ਪਰ ਕਾਰਨ ਇਹ ਬਣ ਗਿਆ ਕਿ ਹੁਣ ਸਰਕਾਰ ਇੱਕ ਨਵੀਂ ਆਈ ਹੈ। ਹੁਣ ਵੇਖਦੇ ਹਾਂ ਕਿ ਕਿੰਨਾ ਕਿ ਇਹ ਐਕਸ਼ਨ ਲੈਂਦੇ ਨੇ ਪਿਛਲੀਆਂ ਸਰਕਾਰਾਂ ਵੇਲੇ ਅਤੇ ਇਹ ਜਿੰਨੇ ਵੀ ਇੱਥੋਂ ਦੇ ਅਧਿਕਾਰੀ ਸਨ ਸੁੱਤੇ ਰਹੇ, ਕਿਉਂਕਿ ਕਈ ਨੌਜਵਾਨ ਮੇਲੇ 'ਤੇ ਆਉਂਦੇ ਵਿਆਹ ਪੁਰਬ 'ਤੇ ਆਉਂਦੇ ਨੇ ਸਲੰਸਰ ਲਾ ਕੇ ਟਰੈਕਟਰਾਂ ਦੇ ਮੋਟਰਸਾਈਕਲਾਂ ਦੇ ਅਤੇ ਮੋਟਰਸਾਈਕਲਾਂ ਦੇ ਪਟਾਕੇ ਮਰਾਉਣੇ, ਟਰੈਕਟਰਾਂ ਦੇ DJ ਲਾ ਕੇ ਗਾਣੇ ਗੰਦੇ ਲਾ ਕੇ ਭੰਗੜੇ ਪਾਉਣੇ, ਇਹ ਬਰਦਾਸ਼ਤ ਕਰਨ ਤੋਂ ਬਾਹਰ ਹੀ ਸੀ। ਪਰ ਇਸ ਵੇਲੇ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਕਿ ਜੇ ਪ੍ਰਸ਼ਾਸਨ ਨੇ ਇਹ ਚੀਜ਼ਾਂ ਨਾ ਰੋਕੀਆਂ ਤਾਂ ਜਿਹੜੀਆਂ ਗੁਰੂ ਨਾਨਕ ਨਾਮ ਸਿੱਖ ਜਥੇਬੰਦੀਆਂ ਪਹੁੰਚੀਆਂ ਹਨ ਆਪਣੇ ਤੌਰ 'ਤੇ ਰੋਕਣਗੀਆਂ, ਕੋਈ ਵੀ ਕਿਸੇ ਪ੍ਰਕਾਰ ਦਾ ਝਗੜਾ ਹੁੰਦਾ ਹੈ ਤਾਂ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਅਤੇ SSP ਸਾਹਿਬ ਨੂੰ ਇਹ ਇੱਕ ਦਰਖਾਸਤ ਦੇਣ ਲੱਗੇ ਹਾਂ ਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ, ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਹੈ। ਇੱਥੇ ਕੇਵਲ ਧਾਰਮਿਕ ਜਿਹੜੇ ਆ ਉਹ ਜੋੜ ਮੇਲਾ ਹੈ, ਹਰ ਇੱਕ ਇਹ ਬਾਬੇ ਨਾਨਕ ਦੇ ਵਿਆਹ ਪੁਰਬ 'ਤੇ ਆ ਸਕਦਾ ਵਾ, ਪਰ ਅਸੀਂ ਇਹ ਜਿਹੜੀ ਮਰਜ਼ਾਦਾ ਹੈ ਮਰਜ਼ਾਦਾ ਨੂੰ ਭੰਗ ਨਹੀਂ ਕਰਨ ਦੇਵਾਂਗੇ। ਜਿਹੜੇ ਲੋਕ ਇੱਥੇ ਆਣ ਕੇ ਕੋਈ ਮਨਮਤ ਕਰਦਾ ਹੈ, ਭੰਗੜੇ ਪਾਉਂਦਾ ਹੈ, ਜਾਂ ਸ਼ਰਾਬ ਦੇ ਠੇਕੇ ਖੋਲਦਾ ਹਾਤੇ ਖੋਲਦਾ ਹੈ, ਸ਼ਰਾਬ ਜਿਹੜੀਆਂ ਆਂਡੇ ਵਾਲੀਆਂ ਦੁਕਾਨਾਂ ਬੀੜੀ ਸੀਟ ਵਾਲੀਆਂ ਦੁਕਾਨਾਂ ਖੋਲਦਾ ਹੈ, ਉਹ ਅਸੀਂ ਨਹੀਂ ਖੋਲਣ ਦੇਵਾਂਗੇ। ਜੇ ਪ੍ਰਸ਼ਾਸਨ ਖੁਦ ਆਪ ਬੰਦ ਕਰਵਾਉਂਦਾ ਤਾਂ ਇਹਨਾਂ ਦਾ ਧੰਨਵਾਦ ਕਰਾਂਗੇ, ਨਹੀਂ ਤਾਂ ਖਾਲਸਾ ਆਪਣੇ ਤੌਰ 'ਤੇ ਇਹ ਦੁਕਾਨਾਂ ਬੰਦ ਕਰਾਵੇਗਾ। ਕੋਈ ਵੀ ਕੋਈ ਇਸੇ ਪ੍ਰਕਾਰ ਦਾ ਝਗੜਾ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।